ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਕੌਰ, ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਸ਼ੋਅ ਗੁਰਪ੍ਰੀਤ ਕੌਰ ਵਿੱਚ, ਪਾਵਰਡ ਬਾਈ ਡੀਪੀਐਸ ਸਪਾਈਸਿਸ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਜੀ ਚਿਲੀ ਮਸ਼ਰੂਮ ਦੀ ਰੈਸਿਪੀ। ਸੋ ਨੋਟ ਕਰੋ ਦੇ ਇੰਗਰੀਡੈਂਟਸ। ਚਿਲੀ ਮਸ਼ਰੂਮ ਵਾਸਤੇ ਸਾਨੂੰ ਬਟਨ ਮਸ਼ਰੂਮਸ ਚਾਹੀਦੀਆਂ ਨੇ 20 ਤੋਂ 22। ਇਹਨਾਂ ਨੂੰ ਅਸੀਂ 4-4 ਪੀਸਾਂ 'ਚ ਕੱਟ ਲੈਣਾ। 2 ਪਿਆਜ਼ ਬਰੀਕ ਕੱਟ ਲੈਣੇ, ਥੋੜ੍ਹੇ ਜਿਹੇ ਹਰੇ ਪਿਆਜ਼ ਬਰੀਕ ਕੱਟ ਲੈਣੇ, 3 ਤੋਂ 4 ਹਰੀਆਂ ਮਿਰਚਾਂ ਇਹਨਾਂ ਨੂੰ ਵੀ ਬਰੀਕ ਕੱਟ ਲੈਣਾ, 2 ਚਮਚ ਲਸਣ ਬਰੀਕ ਚੌਪ ਕੀਤਾ ਹੋਇਆ, 1 ਛੋਟਾ ਟੁਕੜਾ ਅਦਰਕ ਪਤਲਾ ਲੰਬਾ ਕੱਟਿਆ ਹੋਇਆ, 1 ਚਮਚ ਲਸਣ ਅਦਰਕ ਦੀ ਪੇਸਟ, 1 ਕਟੋਰੀ ਹਰਾ ਧਨੀਆ, ਅੱਧੀ ਕਟੋਰੀ ਮੈਦਾ, 3 ਵੱਡੇ ਚਮਚ ਕੋਰਨ ਸਟਾਰਚ, 1/2 ਚਮਚ ਕਾਲੀ ਮਿਰਚ, 1/2 ਚਮਚ ਅਜੀਨੋਮੋਟੋ, 2 ਚਮਚ ਰੈੱਡ ਚਿਲੀ ਸੌਸ, 2 ਵੱਡੇ ਚਮਚ ਟਮਾਟੋ ਸੌਸ, 2 ਚਮਚ ਸੋਇਆ ਸੌਸ, 1 ਚਮਚ ਸਿਰਕਾ ਤੇ ਤਲਣ ਵਾਸਤੇ ਤੇਲ ਤੇ ਨਮਕ ਚਾਹੀਦਾ ਸਾਨੂੰ ਸਵਾਦ ਅਨੁਸਾਰ। ਸ਼ੁਰੂ ਕਰਦੇ ਹਾਂ ਇਹ ਚਿਲੀ ਮਸ਼ਰੂਮ। ਸਭ ਤੋਂ ਪਹਿਲਾਂ ਅਸੀਂ ਕੜਾਹੀ ਦੇ ਵਿੱਚ ਤੇਲ ਲੈਣਾ ਹੈ ਮਸ਼ਰੂਮਸ ਨੂੰ ਤਲਣ ਵਾਸਤੇ। ਜਿੰਨੀ ਦੇਰ ਤੇਲ ਗਰਮ ਹੁੰਦਾ ਪਿਆ ਉਨੀ ਦੇਰ ਅਸੀਂ ਮੈਦੇ ਦਾ ਤੇ ਕੋਰਨ ਸਟਾਰਚ ਦਾ ਇੱਕ ਘੋਲ ਬਣਾਉਣਾ ਹੈ ਜਿਹਦੇ ਵਿੱਚ ਅਸੀਂ ਖੁੰਬਾਂ ਡੁਬੋ ਕੇ ਫਰਾਈ ਕਰਨੀ ਹੈ। ਸੋ ਆਪਾਂ ਉਹ ਘੋਲ ਬਣਾ ਲੈਂਦੇ ਹਾਂ। ਮੈਦਾ ਕੋਰਨ ਸਟਾਰਚ ਪਾ ਕੇ ਅਸੀਂ ਥੋੜਾ ਜਿਹਾ ਇਹਦੇ ਵਿੱਚ ਲੂਣ ਪਾਉਣਾ। ਲਸਣ ਅਦਰਕ ਦੀ ਪੇਸਟ ਪਾਉਣੀ ਹੈ। ਥੋੜੀ ਜਿਹੀ ਸੋਇਆ ਸੌਸ ਪਾਉਣੀ ਹੈ। ਕੁੱਟੀ ਹੋਈ ਕਾਲੀ ਮਿਰਚ। ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲੈਣਾ। ਬਿਲਕੁਲ ਥੋੜਾ ਥੋੜਾ ਪਾਣੀ ਲੈ ਕੇ ਅਸੀਂ ਘੋਲ ਬਣਾਉਣਾ ਹੈ ਤਾਂ ਕਿ ਬਹੁਤ ਜ਼ਿਆਦਾ ਪਤਲਾ ਘੋਲ ਨਾ ਬਣੇ। ਘੋਲ ਬਿਲਕੁਲ ਤਿਆਰ ਹੋ ਗਿਆ ਹੋਇਆ। ਇਹਦੀ ਜਿਹੜੀ ਕੰਸਿਸਟੈਂਸੀ ਹੈ ਉਹ ਸਾਨੂੰ ਇਹ ਚਾਹੀਦੀ ਹੈ। ਹੁਣ ਅਸੀਂ ਖੁੰਬਾਂ ਨੂੰ ਇਹਦੇ ਵਿੱਚ ਪਾ ਦੇਣਾ। ਚੰਗੀ ਤਰ੍ਹਾਂ ਇਹਨਾਂ ਤੇ ਕੋਟਿੰਗ ਕਰ ਦੇਣੀ ਹੈ ਘੋਲ ਦੀ। ਥੋੜਾ ਜਿਹਾ ਬੈਟਰ ਇੱਕ ਡ੍ਰੌਪ ਪਾ ਕੇ ਦੇਖ ਲੈਣਾ ਕਿ ਤੇਲ ਜ਼ਿਆਦਾ ਗਰਮ ਤੇ ਨਹੀਂ ਹੈ, ਕਿਉਂਕਿ ਅਸੀਂ ਜ਼ਿਆਦਾ ਤੇਲ ਗਰਮ ਵਿੱਚ ਕਰਾਂਗੇ ਤਾਂ ਉੱਪਰੋਂ ਇਹ ਸੜ ਜਾਣਗੀਆਂ, ਅੰਦਰੋਂ ਖੁੰਬਾਂ ਜਿਹੜੀਆਂ ਕੱਚੀਆਂ ਰਹਿ ਜਾਣਗੀਆਂ। ਸੋ 1 ਮਿੰਟ ਅਸੀਂ ਦੇਖਣਾ ਹੈ, ਮਾੜਾ ਜਿਹਾ ਅਸੀਂ ਘੋਲ ਪਾ ਕੇ ਕਿ ਤੇਲ ਬਹੁਤ ਜ਼ਿਆਦਾ ਗਰਮ ਹੈ। ਸੋ ਅਸੀਂ ਥੋੜ੍ਹਾ ਜਿਹਾ ਇਹਨੂੰ ਠੰਡਾ ਹੋਣ ਦੇਣਾ। ਤੇਲ ਹੁਣ ਥੋੜ੍ਹਾ ਜਿਹਾ ਠੰਡਾ ਹੋ ਗਿਆ ਕਿਉਂਕਿ ਅਸੀਂ ਅੱਗ ਜਿਹੜੀ ਹੈ ਬਾਹਰ ਕੱਢ ਦਿੱਤੀ ਹੈ। ਹੁਣ ਅਸੀਂ ਇੱਕ ਇੱਕ ਕਰਕੇ ਮਸ਼ਰੂਮ ਪਾਈ ਜਾਣੀ ਹੈ ਤੇ ਇਹਨਾਂ ਨੂੰ ਫਰਾਈ ਕਰ ਲੈਣਾ। ਬਿਲਕੁਲ ਤਲੀਆਂ ਗਈਆਂ ਸਾਰੀਆਂ, ਅਸੀਂ ਇਹਨਾਂ ਨੂੰ ਕੱਢ ਲੈਣਾ ਤਲ ਕੇ। ਅਸੀਂ ਤੇਲ ਲਾ ਦੇਣਾ ਹੈ ਤੇ ਦੂਜੀ ਕੜਾਹੀ ਰੱਖਣੀ ਹੈ ਤੜਕੇ ਵਾਸਤੇ। ਕੜਾਹੀ ਗਰਮ ਕਰਕੇ ਅਸੀਂ ਇਹਦੇ ਵਿੱਚ ਤੇਲ ਪਾਉਣਾ ਥੋੜਾ ਜਿਹਾ। ਤੇਲ ਜਦੋਂ ਥੋੜਾ ਜਿਹਾ ਗਰਮ ਹੋ ਜਾਏਗਾ ਫਿਰ ਅਸੀਂ ਬਰੀਕ ਕੱਟੇ ਹੋਏ ਪਿਆਜ਼ ਪਾਉਣੇ।
तेल गर्म हो गया होया हुण असीं बरीक कट्टे हुए प्याज जिहड़े आ ओह इहदे विच पा देणे आ। ਪਿਆਜ਼ਾਂ ਨੂੰ ਅਸੀਂ ਭੁੰਨਣਾ ਨਹੀਂ ਹੈ, ਇਹਨਾਂ ਨੂੰ ਹਲਕਾ ਜਿਹਾ ਸੌਤੇ ਕਰਨਾ ਹੈ। ਹਲਕੇ ਜਿਹੇ ਸੌਫਟ ਹੋ ਗਏ ਹੋਏ ਪਿਆਜ਼ ਹੁਣ ਅਸੀਂ ਇਹਦੇ ਵਿੱਚ ਲਸਣ ਬਰੀਕ ਚੌਪ ਕੀਤਾ ਹੋਇਆ ਜਿਹੜਾ ਉਹ ਪਾਉਣਾ ਹੈ। ਲਸਣ ਵੀ ਹਲਕਾ ਜਿਹਾ ਸੌਤੇ ਹੋ ਗਿਆ ਹੋਇਆ, ਹੁਣ ਅਸੀਂ ਬਰੀਕ ਕੱਟੀਆਂ ਹੋਈਆਂ ਜਿਹੜੀਆਂ ਸ਼ਿਮਲਾ ਮਿਰਚਾਂ ਉਹ ਪਾ ਦੇਣੀਆਂ। ਨਾਲ ਹੀ ਅਸੀਂ ਹਰਾ ਪਿਆਜ਼ ਜਿਹੜਾ ਕੱਟਿਆ ਹੋਇਆ ਉਹ ਪਾ ਦੇਣਾ। ਪਤਲਾ ਲੰਬਾ ਕੱਟਿਆ ਹੋਇਆ ਅਦਰਕ ਤੇ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ ਪਾਉਣੀਆਂ। ਲੂਣ ਪਾਉਣਾ, ਥੋੜੀ ਜਿਹੀ ਕਾਲੀ ਮਿਰਚ ਪਾਉਣੀ ਹੈ, ਅਜੀਨੋਮੋਟੋ ਪਾਉਣਾ, MSG ਵੀ ਕਹਿੰਦੇ ਆ ਉਹ ਥੋੜੀ ਜਿਹੀ ਮਾਤਰਾ ਚ ਪਾਉਣਾ ਕਿਉਂਕਿ ਇਹ ਥੋੜਾ ਸਿਹਤ ਲਈ ਸਾਡੇ ਲਈ ਹਾਰਮਫੁਲ ਹੁੰਦਾ ਹੈ, ਸੋ ਥੋੜੀ ਜਿਹੀ ਕੁਆਂਟਿਟੀ ਵਿੱਚ ਜਾਇਜ਼ ਹੁੰਦਾ ਹੈ, ਥੋੜਾ ਜਿਹਾ ਹੀ ਪਾਉਣਾ ਅਸੀਂ। ਨਾਲ ਹੀ ਅਸੀਂ ਸੋਇਆ ਸੌਸ ਪਾ ਦੇਣੀ, ਰੈਡ ਚਿਲੀ ਸੌਸ, ਟਮਾਟੋ ਸੌਸ, ਥੋੜਾ ਜਿਹਾ ਸਿਰਕਾ, ਥੋੜੀ ਜਿਹੀ ਅਸੀਂ ਇਹਦੀ ਗ੍ਰੇਵੀ ਬਣਾਉਣੀ ਹੈ, ਉਹਦੇ ਲਈ ਸਾਨੂੰ ਪਾਣੀ ਵਿੱਚ ਥੋੜਾ ਜਿਹਾ ਕੋਰਨ ਸਟਾਰਚ ਪਾ ਕੇ ਘੋਲ ਬਣਾਉਣਾ ਪੈਣਾ। ਗ੍ਰੇਵੀ ਬਣ ਕੇ ਤਿਆਰ ਹੈ, ਹੁਣ ਅਸੀਂ ਇਹਦੇ ਵਿੱਚ ਖੁੰਬਾਂ ਪਾ ਦੇਣੀ ਹੈ। ਨਾਲ ਹੀ ਅਸੀਂ ਹਰਾ ਧਨੀਆ ਪਾ ਦੇਣਾ ਗਾਰਨਿਸ਼ਿੰਗ ਵਾਸਤੇ। ਚਿੱਲੀ ਮਸ਼ਰੂਮ ਸਾਡੀ ਬਣ ਕੇ ਤਿਆਰ ਹੈ ਜੀ, ਹੁਣ ਅਸੀਂ ਇਹਨੂੰ ਇਸੇ ਭਾਂਡੇ ਵਿੱਚ ਕੱਢ ਲੈਂਦੇ ਹਾਂ। ਮਸ਼ਰੂਮ ਸਾਡੇ ਬਣ ਕੇ ਤਿਆਰ ਨੇ ਜੀ, ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏ ਹੋਣਗੇ, ਤੁਸੀਂ ਆਪਣੇ ਘਰ ਜ਼ਰੂਰ ਟਰਾਈ ਕਰੋਗੇ। ਇਸੇ ਤਰ੍ਹਾਂ ਦੀਆਂ ਹੋਰ ਵੀ ਰੈਸਿਪੀਜ਼ ਦੇ ਲਈ ਜੁੜੇ ਰਹੋ ਸਾਡੇ ਸ਼ੋਅ ਕੁੱਕ ਵਿਦ ਕੌਰ ਦੇ ਨਾਲ, ਪਾਵਰਡ ਬਾਈ DPS ਸਪਾਈਸਿਸ। ਸਤਿ ਸ਼੍ਰੀ ਅਕਾਲ ਜੀ।